अस्सलाम वालेकुम, मेरा नाम अली, और आप देख रहे हैं यूट्यूब चैनल अली सिंह। आज मैं व्लॉग तो नहीं बना रहा, अभी मेरा भाई गया हो उम्रे पर, मैंने सोचा क्यों ना आपको भी दिखाया जाए। तो अल्लाह ताला हम सबको उम्र का नसीब फरमाए। आइए चलो देखते हैं पहले, फिर बाद में बात करते हैं। अस्सलाम वालेकुम, ऐसे कहते ना है मेकात मस्जिद है, पीछे हराम बनी थे, हराम बन के दो नफल पढ़ी देने, दो नफल पढ़ी देने, मुझे ऐ हराम ऐसा बन लिया। पहले बाल कटाने हैं ना, फिर ना ना दो के थे टाइम थोड़ा है, 11 बजे पता नहीं है वो दे के जा। Thank you.
जी सरकार सुनाओ क्या हाल चाल है ठीक ठाक है सरकार मस्जिद कुबा वे जिदे विच असां नमाज़े फजर अदा कीती है उस अलावा नफल पढ़े ने ਉਹ ਤੁਹਾਡੀ ਮਰਜ਼ੀ ਦੇ ਬਾਰੇ ਜਿੰਨੇ ਤੁਸੀਂ ਨਫਲ ਪੜ੍ਹ ਸਕਦੇ ਹੋ ਪੜ੍ਹੋ ਬਾਹਰਲਾ ਹਿੱਸਾ ਉਹ ਅੰਦਰ ਵਾਲਾ ਹਿੱਸਾ ਸਮਝ ਅੰਦਰ ਵਾਲਾ ਹਿੱਸਾ ਬਾਹਰਲੇ ਹਿੱਸੇ 'ਚ ਮੈਂ ਬਾਹਰ ਜਾ ਕੇ ਵੀਡੀਓ ਬਣਾ ਕੇ ਤੁਰਾਂਦਾ ਬਾਕੀ ਇਹ ਹਿੱਸਾ ਜਿੱਥੇ ਮਸਜਿਦ ਕੁਬਾ ਇਹਨੂੰ ਕਿਹਦਾ ਨਾਂ ਹੈ ਅਤੇ ਅਸੀਂ ਤਾਂ ਨਮਾਜ਼ ਫਜਰ ਅਦਾ ਕੀਤੀ ਹੈ ਨਾਲ ਨਫਲ ਪੜ੍ਹਨੇ ਆਪੇ ਭਾਵੇਂ 2 ਪੜ੍ਹੋ 4 ਪੜ੍ਹੋ 6 ਪੜ੍ਹੋ 8 ਪੜ੍ਹੋ 10 ਪੜ੍ਹੋ ਤੁਹਾਡੀ ਮਰਜ਼ੀ ਦੀ ਗੱਲ ਹੈ ਮਸਜਿਦ ਕੁਬਾ ਵੇ ਹਾਂ ਜੋ ਸਰਕਾਰ ਹੈ ਮਸਜਿਦ ਕੁਬਾ ਜਿੱਥੇ ਨਮਾਜ਼ ਫਜਰ ਪੜ੍ਹੇ ਨਾਲੇ ਕੋਈ ਨਫਲ ਪੜ੍ਹੇ ਨੇ ਅਤੇ ਹੁਣ ਟੁਰ ਚੱਲੇ ਹਾਂ ਮਦੀਨੇ ਹੋਟਲ ਦੇ ਵਿੱਚ ਉੱਥੇ ਜਾ ਕੇ ਸੁਬਹਾ ਨਾਸ਼ਤਾ ਕਰਾਂ ਅਤੇ ਰੋਟੀ ਨਾਲ ਖਾਵਾਂ ਦੇ ਗੱਪਾਂ ਸੰਗ ਰੋਟੀਆਂ ਸਾਰੀਆਂ ਮਸਜਿਦ ਕੁਬਾ ਸਹੀ ਹੈ ਹਾਂਜੀ ਸਰਕਾਰ ਹੈ ਮਸਜਿਦ ਕੁਬਾ ਦਾ ਬਾਹਰ ਦਾ ਮੰਦਰ ਹੈ ਤਾਂ ਬਾਅਦ ਇੱਥੇ ਨਮਾਜ਼ ਫਜਰ ਪੜ੍ਹੀ ਨਾਲੇ ਨਫਲ ਪੜ੍ਹੇ ਨੇ ਤਾਂ ਹੁਣ ਚੱਲੇ ਹਾਂ ਮਦੀਨੇ ਹੋਟਲ ਦੇ ਵਿੱਚ ਉੱਥੇ ਨਾਸ਼ਤਾ ਸੁਬਹਾ ਤਾਂ ਕਰਾਂ ਦੇ ਅਤੇ ਝਾੜ ਆਰਾਮ ਕਰਾਂ ਦੇ ਕਮਰੇ 'ਚ ਹੋਟਲ 'ਚ ਫਿਰ ਜਨਾਬ ਮੇਰੇ ਅੱਗੋਂ ਮਦੀਨੇ ਜਾਂਦੇ ਜੁੰਮਾ ਮਦੀਨੇ ਜਾ ਕੇ ਪੜ੍ਹਾਂ ਇਹਨੂੰ ਮਸਜਿਦ ਕੁਬਾ